ਦੇਸ਼ ਦਾ ਅੰਨਦਾਤਾ ਮੌਜੂਦਾ ਸਰਕਾਰ ਤੋਂ ਇੰਨਾ ਪਰੇਸ਼ਾਨ ਹੋ ਚੁੱਕਿਆ ਹੈ ਕਿ ਉਹਨਾਂ ਦੇ ਵੱਲੋਂ ਹੁਣ ਧਰਨੇ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ। ਕਿਸਾਨਾਂ ਦੇ ਵੱਲੋਂ ਰੋਡ ਅਤੇ ਰੇਲਵੇ ਟਰੈਕ ਜਾਮ ਕੀਤੇ ਜਾ ਰਹੇ ਨੇ, ਜਿਸ ਦਾ ਸਿੱਧਾ ਸਿੱਧਾ ਅਸਰ ਕੁਝ ਲੋਕਾਂ ਦੇ ਉੱਤੇ ਪੈ ਰਿਹਾ ਹੈ। ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਰਈਆਂ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਰੇਲਵੇ ਟਰੈਕ ਦੇ ਉੱਤੇ ਧਰਨਾ ਲਗਾ ਦਿੱਤਾ। ਅੰਮ੍ਰਿਤਸਰ ਦਿੱਲੀ ਰੇਲਵੇ ਮਾਰਗ ਨੂੰ ਬੰਦ ਕਰ ਦਿੱਤਾ ਗਿਆ। ਅੰਮ੍ਰਿਤਸਰ ਦਿੱਲੀ ਆਉਣ ਜਾਣ ਵਾਲੀਆਂ ਰੇਲ ਗੱਡੀਆਂ ਨੂੰ ਵੱਖ ਵੱਖ ਸਟੇਸ਼ਨਾਂ ਦੇ ਉੱਤੇ ਹੀ ਰੋਕ ਦਿੱਤਾ ਗਿਆ। ਯਾਤਰੀਆਂ ਨੂੰ ਕਿਸਾਨਾਂ ਦੇ ਇਸ ਪ੍ਰਦਰਸ਼ਨ ਤੋਂ ਕਾਫੀ ਦਿੱਕਤਾਂ ਆਈਆਂ ਅਤੇ ਕਈ ਯਾਤਰੀ ਬੱਸਾਂ ਦਾ ਰੁੱਖ ਕਰਦੇ ਹੋਏ ਵੀ ਨਜ਼ਰ ਆਏ। ਦ ਵਾਸ਼ਰੂਮਸ ਆਰ ਵੈਰੀ ਡਰਟੀ ਐਂਡ ਨਾਓ ਵੀ ਆਰ ਸਫਰਿੰਗ ਫਰੋਮ 2.5 hours। ਰਸਤੇ ਸਹੁਰਾ ਉਹਨਾਂ ਨੇ ਰਾਜਪੁਰੇ ਜਾਣਾ ਸੀ, ਪਰ ਲੇਕਿਨ ਹੁਣ ਉਹ ਟ੍ਰੇਨ ਦੇ ਨਾ ਆਉਣ ਕਾਰਨ ਉੱਥੇ ਹੀ ਬੈਠੇ ਨੇ, 2 ਘੰਟੇ ਹੋ ਗਏ ਨੇ। ਉਹ ਬਹੁਤ ਪਰੇਸ਼ਾਨ ਸੀ, ਹੁਣ ਉਹਨਾਂ ਨੂੰ ਦੁਬਾਰਾ ਮੈਂ ਲੈਣ ਆਈ ਹਾਂ ਵਾਪਸ। ਹੁਣ ਉਹਨਾਂ ਨੂੰ ਸ਼ਾਨੇ ਪੰਜਾਬ ਦੀ ਟ੍ਰੇਨ ਦਿੱਤੀ ਅਸੀਂ, ਅਤੇ ਸ਼ਾਨੇ ਪੰਜਾਬ ਦੀ ਉਹ ਲੈ ਕੇ ਦਿੱਤੀ ਹੈ ਟਿਕਟ, ਅਤੇ ਹੁਣ ਉਹ ਜਾ ਹੁਣ 4:15 ਵਜੇ ਇਹ ਵੀ ਲੇਟ ਆ ਜੇ। ਇਹ ਵੀ ਉਹ ਕਹਿੰਦੇ ਪੱਕਾ ਪਤਾ ਨਹੀਂ ਵੀ 4:15 ਜਾਏਗੀ ਕਿ ਨਹੀਂ ਜਾਏਗੀ, ਤੁਸੀਂ ਪਹਿਲੇ ਪਤਾ ਕਰੋ। ਹੁਣ ਉਹਨਾਂ ਨੂੰ ਪਤਾ ਕੀਤਾ, ਉਹ ਕਹਿੰਦੇ 4:15 ਜਾਏਗੀ ਇਹ ਟ੍ਰੇਨ। ਹੁਣ ਅਸੀਂ ਭਾਇਆ ਉਹਨਾਂ ਨੂੰ ਅੰਮ੍ਰਿਤਸਰ ਜਾਣਾ ਮੈਂ, ਅਤੇ ਟ੍ਰੇਨਾਂ ਦਾ ਹੜਤਾਲ ਆਪਣਾ ਧਰਨਾ ਦਿੱਤਾ ਕਿਸਾਨਾਂ ਵੱਲੋਂ, ਲਾਈਨਾਂ ਦੇ ਉੱਪਰ, ਅਤੇ ਨਾ ਕੋਈ ਟ੍ਰੇਨ ਆ ਰਹੀ ਹੈ ਨਾ ਜਾ ਰਹੀ ਹੈ, ਰੇਲਵੇ ਪ੍ਰਸ਼ਾਸਨ ਕੋਈ ਦੱਸ ਨਹੀਂ ਰਿਹਾ। ਮੈਨੂੰ ਮੈਕਸੀਮਮ 1.25 ਘੰਟਾ ਹੋ ਗਿਆ ਖੜਿਆਂ ਨੂੰ। ਦੱਸਣਯੋਗ ਹੈ ਕਿ ਟਰੈਕ ਦੇ ਉੱਤੇ ਲਗਾਏ ਗਏ ਇਸ ਧਰਨੇ ਦੇ ਕਾਰਨ 20 ਮੇਲ ਅਤੇ 15 ਪੈਸੇਂਜਰ ਗੱਡੀਆਂ ਪ੍ਰਭਾਵਿਤ ਹੋਈਆਂ। ਦਿੱਲੀ ਤੋਂ ਅੰਮ੍ਰਿਤਸਰ ਟਰੈਕ, ਫਿਰੋਜ਼ਪੁਰ ਤੋਂ ਜਲੰਧਰ ਬੂਟੇ ਵਾਲਾ ਟਰੈਕ ਅਤੇ ਫਿਰੋਜ਼ਪੁਰ ਤੋਂ ਗੰਗਾਨਗਰ ਕੋਹਰ ਸਿੰਘ ਵਾਲਾ ਰੇਲਵੇ ਟਰੈਕ ਨੂੰ ਕਿਸਾਨਾਂ ਦੇ ਵੱਲੋਂ ਜਾਮ ਕਰ ਦਿੱਤਾ ਗਿਆ ਸੀ। ਜਲੰਧਰ ਤੋਂ ਨਿਸ਼ਾ ਸ਼ਰਮਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI। ਹਰ ਸਮੱਸਿਆ ਦਾ ਗਾਰੰਟੀ ਨਾਲ ਘਰ ਬੈਠੇ ਸਮਾਧਾਨ ਕਰਾਓ। ਵਰਲਡ ਫੇਮਸ ਐਸਟ੍ਰੋਲੋਜਰ ਪੰਡਿਤ ਸ਼੍ਰੀ ਕਾਂਤ ਜੀ, ਮਨ ਚਾਹੇ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਮਨ ਪਸੰਦ ਪ੍ਰੇਮ ਵਿਵਾਹ, ਵਿਛੜਿਆ ਪਿਆਰ ਪਾਣਾ ਹੋਵੇ, ਕਾਰੋਬਾਰ, ਨੌਕਰੀ ਵਿੱਚ ਪਰੇਸ਼ਾਨੀ, ਸਰੀਰਿਕ ਕਸ਼ਟ, ਬਿਮਾਰੀ ਵਿੱਚ ਦਵਾ ਦਾ ਨਾ ਲੱਗਣਾ, ਬੱਚਿਆਂ ਦਾ ਕਹਿਣ ਤੋਂ ਬਾਹਰ ਹੋਣਾ, ਪੜ੍ਹਾਈ ਵਿੱਚ ਮਨ ਨਾ ਲੱਗਣਾ, ਵਿਦੇਸ਼ 'ਚ ਪੱਕੇ ਹੋਣ ਲਈ ਪੀਆਰ ਲਈ ਫੋਨ ਕਰੋ। ਸਪੈਸ਼ਲਿਸਟ, ਲੋਟਰੀ ਨੰਬਰ, ਧਨਵਾਨ ਬਣੋ। ਪਤੀ ਪਤਨੀ ਵਿੱਚ ਅਨਬਨ, ਸੱਸ ਬਹੂ ਵਿੱਚ ਕਲੇਸ਼, 24 ਘੰਟੇ ਤੁਹਾਡੀ ਸੇਵਾ ਵਿੱਚ ਹਾਜ਼ਰ, ਲੱਖਾਂ ਲੋਕ ਇਸ ਦਾ ਲਾਭ ਲੈ ਚੁੱਕੇ ਨੇ। ਚਾਰੋ ਪਾਸੋਂ ਨਿਰਾਸ਼ ਵਿਅਕਤੀ ਇੱਕ ਵਾਰ ਫੋਨ ਜ਼ਰੂਰ ਕਰਨ। ਵਰਲਡ ਫੇਮਸ ਐਸਟ੍ਰੋਲੋਜਰ ਪੰਡਿਤ ਸ਼੍ਰੀ ਕਾਂਤ ਜੀ, ਕਾਲ ਕਰਨ ਦੇ ਲਈ ਅੱਜ ਹੀ ਡਾਇਲ ਕਰੋ +1416904996 ਤੇ।